2024 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਜੀ ਉਹਨਾਂ ਨੂੰ ਲੈ ਕੇ ਦਲ ਬਦਲੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਕਈ ਲੀਡਰ ਦੂਜੀਆਂ ਤਰ੍ਹਾਂ 'ਚ ਚਲੇ ਗਏ ਉਹ ਵੀ ਘਰ ਵਾਪਸੀਆਂ ਕਰ ਰਹੇ ਨੇ ਕੁੱਲ ਮਿਲਾ ਕੇ ਸਿਆਸੀ ਗਲਿਆਰੇ ਪੂਰੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਵੀ ਕੌਣ ਕਦੋਂ ਕਿੱਧਰ ਨੂੰ ਚੱਲ ਜਾਵੇ ਕੁਝ ਪਤਾ ਨਹੀਂ ਲੱਗਦਾ ਇੱਕ ਕਾਂਗਰਸੀ ਲੀਡਰ ਜਿਨ੍ਹਾਂ ਦਾ ਨਾਮ ਹੈ ਕਰਮਜੀਤ ਸਿੰਘ ਕੜਵਲ ਨਵਜੋਤ ਸਿੰਘ ਸਿੱਧੂ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਨੇ ਉਹਨਾਂ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਚੌਵੀ ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਜੀ ਉਹਨਾਂ ਨੂੰ ਲੈ ਕੇ ਦਲ ਬਦਲੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ ਹਾਂਜੀ ਤੇ ਨਾਲ ਦੀ ਨਾਲ ਹੀ ਜਿਹੜੇ ਕਈ ਲੀਡਰ ਦੂਜੀਆਂ ਧਿਰਾਂ 'ਚ ਚਲੇ ਗਏ ਉਹ ਵੀ ਘਰ ਵਾਪਸੀਆਂ ਕਰ ਰਹੇ ਨੇ ਕੁੱਲ ਮਿਲਾ ਕੇ ਸਿਆਸੀ ਗਲਿਆਰੇ ਪੂਰੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਵੀ ਕੌਣ ਕਦੋਂ ਕਿੱਧਰ ਨੂੰ ਚੱਲ ਜਾਵੇ ਕੁਝ ਪਤਾ ਨਹੀਂ ਲੱਗਦਾ ਤੇ ਹੁਣ ਇੱਕ ਕਾਂਗਰਸੀ ਲੀਡਰ ਜਿਨ੍ਹਾਂ ਦਾ ਨਾਮ ਹੈ ਕਰਮਜੀਤ ਸਿੰਘ ਕੜਵਲ ਨਵਜੋਤ ਸਿੰਘ ਸਿੱਧੂ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਨੇ ਉਹਨਾਂ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਲੁਧਿਆਣੇ ਦੇ ਆਤਮ ਨਗਰ ਹਲਕੇ ਨਾਲ ਸੰਬੰਧਿਤ ਨੇ ਕਰਮਜੀਤ ਸਿੰਘ ਕੜਵਲ ਜੀ ਤੁਹਾਨੂੰ ਯਾਦ ਹੋਵੇਗਾ ਪਿਛਲੇ ਸਮੇਂ ਦੇ ਦੌਰਾਨ ਇਹ ਬੜੀ ਚਰਚਾ ਦੇ ਵਿੱਚ ਸਨ ਜਦੋਂ ਬੈਂਸ ਭਰਾਵਾਂ ਦੀ ਉੱਥੇ ਚੜ੍ਹਤ ਸੀ ਇਕੱਠੇ ਵੀ ਅੱਡ ਅੱਡ ਵੀ ਔਰ ਇਹ ਕਾਂਗਰਸ ਦੇ ਵਿੱਚ ਆਏ ਨਵਜੋਤ ਸਿੰਘ ਸਿੱਧੂ ਦੇ ਨਾਲ ਬਹੁਤ ਜ਼ਿਆਦਾ ਨਜ਼ਦੀਕੀਆਂ ਸਨ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਇੱਕ ਵੱਖਰਾ ਪਾਲਾ ਜਿਹਾ ਕੱਢੀ ਫਿਰਦੇ ਹੈ ਨਾ ਤਾਂ ਉਹ ਪੰਜਾਬ ਦੀ ਕਾਂਗਰਸ ਦੇ ਨਾਲ ਤੁਰਦੇ ਹੈ ਨਾ ਕਿਸੇ ਨੂੰ ਪਿੱਛੇ ਤੋਰਦੇ ਹੈ ਅਤੇ ਸਿੱਧੇ ਜਾ ਕੇ ਹਾਈ ਕਮਾਂਡ ਵਾਲਿਆਂ ਨੂੰ ਮਿਲ ਲੈਂਦੇ ਹੈ ਉਹਨਾਂ ਨੇ ਕਿਹਾ ਕਾਂਗਰਸ ਦੇ ਵਿੱਚ ਪ੍ਰਧਾਨ ਬਣੇ ਮੇਰਾ ਮੰਜਾ ਤਾਂ ਪੰਜਾਬ ਕਾਂਗਰਸ ਦੇ ਭਵਨ 'ਚ ਹੀ ਰਹੇਗਾ ਉਹ ਵੀ ਨਾ ਰਿਹਾ ਅੱਡ ਹੋ ਗਏ ਅਸਤੀਫਾ ਦੇ ਤਾ ਹਾਰ ਗਏ ਅਤੇ ਨਵਜੋਤ ਸਿੰਘ ਸਿੱਧੂ ਹੋਰ ਮਾਮਲਿਆਂ ਦੇ ਵਿੱਚ ਚਲੇ ਗਏ ਇੱਥੋਂ ਤੱਕ ਕਿ ਜਦੋਂ ਪਟਿਆਲੇ ਦੇ ਵਿੱਚ ਕਾਂਗਰਸ ਪਾਰਟੀ ਨੇ ਧਰਨਾ ਦਿੱਤਾ ਨਵਜੋਤ ਸਿੰਘ ਸਿੱਧੂ ਇੱਥੋਂ ਵੀ ਦੂਰ ਰਹੇ ਕੋਈ ਲੀਡਰ ਇਕੱਲਾ ਕਿੰਨਾ ਕੁ ਚਿਰ ਚੱਲ ਸਕਦਾ ਜਦੋਂ ਤੱਕ ਤੁਸੀਂ ਆਪਦਾ ਠੀਕ ਹੈ ਤੁਸੀਂ ਜਿਹੜੇ ਮੁੱਦੇ ਉਠਾਏ ਨੇ ਬਾ ਕਮਾਲ ਹੈ ਕੋਈ ਮੁਕਾਬਲਾ ਨਹੀਂ ਤੁਸੀਂ ਰੇਤ ਦਾ ਮੁੱਦਾ ਉਠਾਇਆ ਸੀ ਮੌਜੂਦਾ ਸਰਕਾਰ ਵੀ ਉਸ ਟੀਚੇ ਤੱਕ ਨਹੀਂ ਜਾ ਸਕੀ ਹਾਲਾਂਕਿ ਤਾਮਿਲਨਾਡੂ ਤੈਲੰਗਾਨਾ ਇੱਥੋਂ ਚੋਖੀ ਕਮਾਈ ਕਰਦੇ ਹੈ ਅਸੀਂ ਤਾਂ ਅਜੇ ਤੱਕਰ ਤਿੰਨ ਹਿੱਸਿਆਂ ਤੋਂ ਚੌਥੇ 'ਚ ਨਹੀਂ ਪਹੁੰਚ ਸਕੇ ਉਹਦੇ ਦੀ ਵੀ ਦਿੱਲੀ ਬਹੁਤ ਦੂਰ ਹੈ ਉਹ ਰਾਜ ਚਾਰ ਚਾਰ ਪੰਜ ਪੰਜ ਹਜ਼ਾਰ ਕਰੋੜ ਕਮਾਉਂਦੇ ਹੈ ਅਸੀਂ ਤਾਂ 200 ਦੇ ਲਗਭਗ ਤੁਰੇ ਫਿਰਦੇ ਹਾਂ ਜਿਹੜਾ ਬਾਕੀ ਪੈਸਾ ਜਾਂਦਾ ਕਿੱਥੇ ਹੈ ਮੌਜੂਦਾ ਸਰਕਾਰ ਇਹ ਵੀ ਕਹਿੰਦੀ ਸੀ ਕਿ ਇਸ ਤਾਂ ਫੱਟੇ ਚੱਕ ਦਿਆਂਗੇ ਕੇਜਰੀਵਾਲ ਸਾਹਿਬ ਨੇ ਬਹੁਤ ਵੱਡੀ ਛਾਲ ਮਾਰੀ ਸੀ ਕਿ 20,000 ਕਰੋੜ ਅਸੀਂ ਇੱਥੋਂ ਪੈਦਾ ਕਰ ਲੈਣਾ ਅਤੇ ਕਰੋੜਾਂ ਦੇ ਵਿੱਚ ਹੀ ਅਸੀਂ ਸ਼ਰਾਬ ਤੋਂ ਇਕੱਠਾ ਕਰ ਲੈਣਾ ਹੁਣ ਤੁਸੀਂ ਇੱਥੇ ਆ ਕੇ ਦੇਖੋ ਕਿ ਜਿਹੜੀ ਦਿੱਲੀ ਦੀ ਨੀਤੀ ਸੀ ਉਹਦਾ ਤਾਂ ਭੋਗ ਪਾਤਾ ਕਿਉਂਕਿ ਐਕਤੀ ਪੰਜਾਬ ਦੀ ਸਰਕਾਰ ਆਪਣੀ ਨੀਤੀ ਬਣਾਉਣ ਲੱਗੀ ਹੈ ਦਿੱਲੀ ਨੀਤੀ ਦੇ ਵਿੱਚ 338 ਕਰੋੜ ਦਾ ਜਾਂਚ ਏਜੰਸੀ CBI ਮੁਤਾਬਕ ਇਹਦੇ ਵਿੱਚ ਲੈਣ ਦੇਣ ਹੋਇਆ ਹੈ ਅਤੇ 24-25 ਵਾਸਤੇ ਪੰਜਾਬ ਦੀ ਸਰਕਾਰ ਨੇ ਆਪਣੀ ਨੀਤੀ ਬਣਾਉਣ ਵਾਸਤੇ ਖਰੜਾ ਤਿਆਰ ਕਰ ਲਿਆ ਕਿ ਵੱਖ ਵੱਖ ਵਰਗਾਂ ਤੋਂ ਪੁੱਛ ਗਿੱਛ ਕਰੋ ਇਹ ਗੱਲ ਸ਼ੁਰੂ ਹੋ ਚੁੱਕੀ ਹੈ ਸੋ ਤਰਵਿੰਦਰ ਸੰਧੂ ਸਾਹਿਬ ਜੀ ਇਹ ਕਰਮਜੀਤ ਸਿੰਘ ਕੜਵਲ ਜਿਹੜਾ ਅਸਤੀਫਾ ਦਿੱਤਾ ਇਹਦਾ ਮਤਲਬ ਸੁੱਖ ਨਹੀਂ ਬਾਹਰਲੇ ਵਿਹੜੇ ਇਹ ਸਾਧ ਦੀ ਭੂਰੀ 'ਤੇ ਇਕੱਠ ਕਿਸੇ ਪਾਸੇ ਹੋਣ ਜਾਣ ਲੱਗਿਆ ਹੈ ਜੇ ਲੋਕ ਜਾਣਗੇ ਕੇਂਦਰ ਵੱਲ ਨੂੰ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਜੇ ਪੰਜਾਬ ਵੱਲ ਨੂੰ ਦੇਖੀਏ ਤਾਂ ਇਸ ਵੇਲੇ ਆਮ ਆਦਮੀ ਪਾਰਟੀ ਵਾਲੇ ਵੀ ਕਿਉਂਕਿ ਇਹਨਾਂ ਕੋਲ ਆਪਣੇ ਆਗੂ ਤਾਂ ਹੈ ਨਹੀਂ
ਇਹ ਵੀ ਦੂਜੀ ਪਾਰਟੀਆਂ ਤੋਂ ਧਾਰ ਲੈਣ ਵਿੱਚ ਬੜੇ ਮਸ਼ਹੂਰ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।